ਉਸ ਅਲੀ ਦਾ ਮੁਕਾਮ ਇਹ ਵੇ, ਉਸ ਅਲੀ ਦੀ ਸ਼ਾਨ ਇਹ ਵੇ ਕਿ ਜਿਸ ਟਾਈਮ ਫਤਹ ਮੱਕਾ ਹੋਇਆ ਨਾ ਤਾਂ ਸਾਰੇ ਬੁੱਤ ਕੀ ਹੋਇਆ ਕਿ ਮੇਰੇ ਆਪਣੇ ਪੀਰ ਸਾਹਿਬ ਨੇ ਮੋਲੇ ਅਲੀ ਦਾ ਹੱਥ ਫੜਿਆ ਤੇ ਕਾਬੇ ਦੇ ਅੰਦਰ ਦਾਖਲ ਹੋ ਗਿਆ। ਜਿਹੜੇ ਕਾਬੇ 'ਚ ਸਾਰੇ ਬੁੱਤ ਸਨ ਨਾ ਇੱਕ ਬੁੱਤ ਉੱਚਾ ਸੀ, ਇੱਕ ਬੁੱਤ ਉੱਚਾ ਸੀ। ਬੋਲੇ ਕਾਇਨਾਤ ਨੂੰ ਕਮਲੀ ਵਾਲੇ ਸਾਹਿਬ ਫਰਮਾਉਂਦੇ ਅਲੀ ਯਾ ਤੂੰ ਬੈ ਤੇ ਮੈਂ ਉੱਤੇ ਚੜਾ, ਮੈਂ ਤੇਰੇ ਕਦੇ ਅੱਗੇ ਖੜਾ ਹੋਵਾਂ ਤੇ ਯਾ ਮੈਂ ਪਹਿਲਾਂ ਤੂੰ ਉੱਤੇ ਚੜ। ਬੋਲੇ ਦੀ ਸੋਚ ਪੈ ਗਈ ਨਾ ਕੀ ਜਵਾਬ ਦਿਆ ਕਿ ਅਗਰ ਮੈਂ ਥੱਲੇ ਪਵਾਂ ਤੇ ਉੱਤੇ ਨਬੂਮਤ ਦਾ ਭਾਰ ਬਲੈਰ ਤੂੰ ਸਫ਼ਰ ਨਹੀਂ ਹੋਇਆ ਤੇ ਨਬੂਮਤ ਦਾ ਵਜ਼ਨ ਹੈ ਬਲੈਰ ਤੇ ਸਫ਼ਰ ਨਹੀਂ ਹੋਣਾ। ਹਜ਼ੂਰ ਕਮਲੀ ਵਾਲੇ ਮੁਸਕਰਾਏ ਕਿਆ ਅੱਛਾ ਆਦੀ ਮੈਂ ਪਹਿਲਾਂ ਤੂੰ ਉੱਤੇ ਖੜਾ ਹੋ ਕਦੇ ਅੱਗੇ ਬਿਠਾਇਆ ਉੱਠੇ। ਬੋਲੇ ਇਹਦੀ ਜਿਸਮ ਉੱਤਾ ਹੋਏ ਨਾ ਤੇ ਕੁਝ ਦੇਰ ਉੱਤੇ ਖੜੇ ਰਹੇ ਕੀ ਰਹੇ ਬੋਲੋ ਖੜੇ ਰਹੇ ਖੜੇ ਰਹੇ। ਨੀਚੇ ਸੇ ਕਮਲੀ ਵਾਲੇ ਨੇ ਪੁਕਾਰਾ ਏ ਅਲੀ ਕਿਧਰ ਪਹੁੰਚਾ, ਏ ਅਲੀ ਕਹਾਂ ਤੱਕ ਪਹੁੰਚਾ। ਬੋਲੇ ਇਹਦੀ ਪੁਕਾਰ ਕੇ ਕਹਿੰਦੇ ਯਾ ਰਸੂਲਾ ਸੱਲਾ ਸੱਲਾ ਜ਼ਮੀਨ ਨੀਚੇ ਰਹਿ ਗਈ, ਫਰਸ਼ ਨੀਚੇ ਰਹਿ ਗਿਆ, ਸਿਤਾਰੇ ਨੀਚੇ ਰਹਿ ਗਏ, ਸੂਰਜ ਨੀਚੇ ਰਹਿ ਗਿਆ, ਚਾਂਦ ਨੀਚੇ ਰਹਿ ਗਿਆ, ਆਸਮਾਨ ਨੀਚੇ ਰਹਿ ਗਿਆ। ਇੱਕ ਸਮਾਨ ਪਾਰ ਕੀਤਾ, ਤੀਜਾ ਪਾਰ ਕੀਤਾ, ਤੀਸਰਾ ਪਾਰ ਕੀਤਾ, ਸਭ ਸਮਾਨ ਲੱਗ ਕੇ ਉੱਤੇ ਕਮਲੀ ਵਾਲਿਆ ਰੱਬ ਦੀ ਕੁਰਸੀ ਆ ਗਈ। ਸੁਭਾਨ ਅੱਲਾਹ, ਕੁਰਸੀ ਆ ਗਈ, ਰੱਬ ਦੀ ਕੁਰਸੀ ਆ ਗਈ, ਰੱਬ ਦਾ ਅਰਸ਼ ਆ ਗਿਆ, ਸਭ ਕੁਝ ਪਿੱਛੇ ਰਹਿ ਗਿਆ। ਕਮਲੀ ਵਾਲੇ ਮੁਸਕਰਾਏ ਫਰਮਾ ਨਹੀਂ ਅਲੀ ਦੁਨੀਆ ਕੋਈ ਸ਼ਹਿਰ ਤੂੰ ਲਿਆਉਣੀ ਨਹੀਂ, ਉਹਨਾਂ ਹਸਤੀਆਂ ਨੂੰ ਮੁਕਾਮ ਹੈ ਉਸ ਗ੍ਰਹਿਣੀ ਦੀ ਪਾਕੀ ਦਾ ਧਿਆਨ ਹੈ ਕਿ ਸਭ ਨਾਲੋਂ ਬਾਅਦ ਹਸਤੀ ਜਿਹਨਾਂ ਦਾ ਫਾਤਿਮਾ ਉਸ ਫਾਤਿਮਾ ਦੀ ਸ਼ਾਨ ਹੈ ਕਿ ਆਪ ਨੂੰ ਅਰਬ ਵਿੱਚ ਉਮੇ ਅਬੀਹਾ ਕਹਿ ਕੇ ਬੋਲੋ ਉਮੇ ਅਬੀਹਾ। ਉਮੇ ਅਬੀਹਾ ਦਾ ਮਤਲਬ ਹੁੰਦਾ ਹੈ ਆਪਣੇ ਪਿਓ ਦੀ ਮਾਂ, ਆਪਣੇ ਪਿਓ ਦੀ ਮਾਂ। ਇੱਕ ਲੋਕ ਘਰ ਆਏ ਬੀਬੀ ਆਸ਼ਾ ਫਰਮਾਉਂਦੀ ਯਾ ਕਮਲੀ ਵਾਲੇ ਸਰਕਾਰ ਹਜ਼ੂਰ ਅਬੂ ਦੁਹਾਦ ਚਿਹਰੇ ਵਾਲੇ ਵੱਲ ਨਹੀਂ ਵੀ ਅਬਦੁਲ ਸਵਾਲ ਜੋ ਇੰਨੀ ਤਾਂ ਸਮਝ ਆਉਂਦੀ ਹੈ ਕਿ ਫਾਤਿਮਾ ਤੁਹਾਡੀ ਬੇਟੀ ਹੈ, ਇੰਨੀ ਸਮਝ ਆਉਂਦੀ ਹੈ ਫਾਤਿਮਾ ਤੁਹਾਡੀ ਸਮਝ ਆਉਂਦੀ ਹੈ ਫਾਤਿਮਾ ਤੁਹਾਡੀ ਕਿ ਫਾਤਿਮਾ ਤੁਹਾਡੀ ਬੇਟੀ ਹੈ। ਪਰ ਉਮੇ ਅਬੀਹਾ ਆਪਣੇ ਪਿਓ ਦੀ ਮਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇਸ ਗੱਲ ਦੀ ਬੋਲੋ ਹਜ਼ੂਰ ਇਹ ਤਾਂ ਸਮਝ ਆਉਂਦੀ ਕਿ ਫਾਤਿਮਾ ਤੁਹਾਡੀ ਬੇਟੀ ਹੈ ਤੁਹਾਡੇ ਜਿਗਰ ਦਾ ਟੁਕੜਾ ਹੈ, ਪਰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਆਪਣੇ ਪਿਓ ਦੀ ਮਾਂ ਉਮੇ ਅਬੀਹਾ ਆਪਣੇ ਬਾਪ ਦੀ ਮਾਂ ਸਮਾਜ ਦੀ ਸਮਝ ਨਹੀਂ ਆਈ। ਤੇ ਕਮਰੀ ਵਾਲੇ ਮੁਸਕਰਾਏ ਤੇ ਮੁਸਕਰਾ ਕੇ ਕੀ ਫਰਮਾਉਂਦੇ ਨੇ ਫਾਤਿਮਾ ਆਇਸ਼ਾ ਤੂੰ ਸਮਝੀ ਨਹੀਂ, ਫਾਤਿਮਾ ਮੇਰੀ ਬੇਟੀ ਹੈ ਇਸ ਚੀਜ਼ ਦੀ ਸਮਝ ਆਉਂਦੀ ਹੈ, ਫਾਤਿਮਾ ਆਪਣੇ ਬਾਪ ਦੀ ਮਾਂ ਹੈ ਇਹਦੀ ਸਮਝ ਕੀ ਆਉਂਦੀ ਆ ਤੁਹਾਨੂੰ ਸਮਝਾਉਣਾ ਕੀ ਹਜ਼ੂਰ ਸਮਝਾਓ ਕੀ ਫਰਮਾਉਂਦੇ ਨੇ। ਫਰਮਾਉਂਦੇ ਨੇ ਕਿ ਜਿਸ ਟਾਈਮ ਫਾਤਿਮਾ ਘਰ ਆਉਂਦੀ ਹੈ ਕੀ ਆਉਂਦੀ ਬੋਲੋ ਘਰ ਆਉਂਦੀ ਘਰ ਆਉਂਦੀ ਇੱਕ ਪਾਸੋਂ ਫਾਤਿਮਾ ਖੜੀ ਹੁੰਦੀ ਹੈ ਦੂਜੇ ਪਾਸੋਂ ਮੈਂ ਖੜਾ ਹੁੰਦਾ ਅਸੀਂ ਕਰੀਬ ਆਉਂਦੇ ਹਾਂ ਉੱਧਰ ਮੈਂ ਹੱਥ